ਹਾਂਜੀ ਸਤਿ ਸ੍ਰੀ ਅਕਾਲ ਬਾਰੇ ਬੱਚੇ ਅੱਜ ਦਾ ਤੁਹਾਡਾ ਪੇਪਰ ਮੈਥ ਦਾ ਜਿਹੜਾ ਕਾਫੀ ਵਧੀਆ ਗਿਆ ਹੋਊਗਾ ਹੈਨਾ ਸਾਰੇ ਇੰਪੋਰਟੈਂਟ ਸਮ ਆਪਣੀ ਵੀਡੀਓ ਦੇ ਵਿੱਚ ਆਏ ਹੋ ਸੀਗੇ ਆਜੋ ਆਪਾਂ ਸਾਰੇ ਪਹਿਲਾਂ ਡਿਸਕਸ ਕਰਤੀਏ ਸਭ ਨੇ ਆਪਣੇ ਮਾਰਕ ਕਰਕੇ ਜਾਣਾਂਗੇ ਤੁਹਾਡੇ 80 ਦੇ ਵਿੱਚੋਂ ਕਿੰਨੇ ਨੰਬਰ ਬਣ ਜਾਣਗੇ ਠੀਕ ਆ ਆਜੋ ਪਹਿਲਾਂ ਐਮਸੀਕਿਊ ਵਾਲੇ ਪਾਸੇ ਚੱਲਦੇ ਹਾਂ ਹੁਣ ਮੇਰੇ ਕੋਲ ਕੁਐਸਚਨ ਪੇਪਰ ਜਿਵੇਂ ਮੈਨੂੰ ਬੱਚੇ ਨੇ ਭੇਜਿਆ ਮੈਂ ਨਾਲ ਦੀ ਨਾਲ ਵੀਡੀਓ ਸਟਾਰਟ ਕਰ ਲਈ ਹੈ ਕੀ ਹੈ ਵਿਚ ਆਫ ਦਾ ਫੋਲੋਇੰਗ ਇਜ਼ ਐਸੋਸੀਏਟਿਵ ਪ੍ਰੋਪਰਟੀ ਕਿਹੜੀ ਪ੍ਰੋਪਰਟੀ ਪੁੱਛੀ ਹੈ ਬੱਚੇ ਐਸੋਸੀਏਟਿਵ ਐਸੋਸੀਏਟਿਵ ਫ ਸੀ ਆਪਸ਼ਨ ਐਕਸ ਪਲੱਸ ਵਾਈ ਜ਼ੈਡ ਤੇ ਐਕਸ ਪਲੱਸ ਵਾਈ ਪਲੱਸ ਜ਼ੈਡ ਠੀਕ ਹੈ ਮੈਂ ਥੋੜਾ ਦੇਖ ਲੈਣਾ ਉਹਨੇ ਜਿਹੜੀ ਉਹ ਭੇਜੀ ਆ ਹੈਗੀ ਨਾਮ ਫੋਟੋ ਖਿੱਚ ਕੇ ਥੋੜੀ ਏਦਾਂ ਦੀ ਆਈ ਹੈ ਅਗਲਾ ਇਚ ਆਫ ਦਾ ਫੋਲੋਇੰਗ ਨੰਬਰ ਡਸ ਨਾਟ ਹੈਵ ਮਲਟੀਪਲੀਕੇਟਿਵ ਇਨਵਰਸ ਕਿਹੜੇ ਨੰਬਰ ਦਾ ਮਲਟੀਪਲੀਕੇਟਿਵ ਇਨਵਰਸ ਨਹੀਂ ਹੁੰਦਾ 0 ਦਾ ਕਿਹੜਾ ਦਾ 0 ਦਾ ਠੀਕ ਹੈ ਅਗਲਾ 2x 3 x 2 ਇਹਨੂੰ ਬੱਚੇ ਸੋਲਵ ਕਰੋਗੇ x ਆ ਜਾਏਗਾ 5 ਆ ਜਾਏਗਾ ਐਦਾ x ਦਾ ਆਨਸਰ ਕਿੰਨਾ ਆ ਜਾਏਗਾ 5 ਕਿੰਨਾ ਆ ਜਾਏਗਾ 5 ਡੀ ਆਪਸ਼ਨ अगला इफ सिक्स एक्स इजल टू ट्वेंटी फोर अपोजिट साइड ऑफ पैरोग्राम तो सिक्स एक्स ये ट्वेंटी फोर तो इतने कटिंग करोंगे एक्स की वैल्यू कि आजगी फोर तो फोर ऑप्शन ए होजूगा करेक्ट ऑप्शन हूँ किन्ने नंबर ने अठ नंबर ने तो अठद का की होजूगा स्क्यर हो जाएगा वट विल विद द वन डिजिट ऑफ छे सौ पची छे सौ पच्ची का रूट कटो के पच्ची हों वन डिजिट कि आएगी फाइव आऊगी बाय वट नंबर वन हंड्रड एट टू भी मल्टप्लाई टू परफेक्ट क्यूब देखो यदा आंसर दो आएगा दो मल्टीप्लाई दो सौ सोलह जूगा ऑटो एटीएम दी फुल फॉर्म ऑटोमेटेड टेलर मशीन ठीक है जी नेक्स्ट पे आ जाओ आइडेंटिफाई द बाइनोमियल बाइनोमियल यानी दो टर्मਾਂ ਵਾਲਾ ਤਾਂ 5x+2 ਸਾਡਾ கரੈਕਟ অপਸ਼ਨ ਹੋ ਜਾਊਗਾ ਇਫ ਦਾ এজ ਆਫ ਕਯੂਬ ਇਜ਼ ਡਬਲ ਕਯੂਬ ਦੀ ਐਜ ਨੂੰ ਕੀ ਕਰਦੀ ਹੈ ਡਬਲ देन ਵਟ ਇਜ਼ ਸਰਫੇਸ ਏਰੀਆ ਸਰਫੇਸ ਏਰੀਆ ਕਿੰਨਾ ਹੋ ਜਾਊਗਾ ਬੱਚੇ 4 ਟਾਈਮਸ ਹੋ ਜਾਊਗਾ ਸਰਫੇਸ ਏਰੀਆ ਕਿੰਨਾ ਬਣ ਜਾਊਗਾ 4 ਟਾਈਮਸ ਹੋ ਜਾਊਗਾ ਫਾਈਂਡ ਦਾ ਏਰੀਆ ਆਫ ਰੰਬਸ ਹੂ ਡਾਇਗਨਲ ਆਰ 4 ਐਂਡ 6 ਤਾਂ ਡਾਇਗਨਲ ਦਾ ਫਾਰਮੂਲਾ ਕੀ ਹੁੰਦਾ 1/4 1/6 2 ਦੇ ਕੱਟੂਗਾ 2 ਆ ਜਾਊਗਾ 6 2 ਦਾ ਕਿੰਨਾ ਹੋ ਜਾਊਗਾ 12 ਤਾਂ ਆਪਸ਼ਨ ਕਿਹੜਾ ਬੀ ਆਪਸ਼ਨ ਸੈਂਟੀਮੀਟਰ ਸਕੇ 3, पावर 3 होल पावर, पावर, पावर 4 ਜਦੋਂ ਪਾਵਰ ਦੇ ਪਾਵਰ ਹੋਏ ਪਾਵਰ ਮਲਟੀਪਲਾਈ ਹੁੰਦੀ ਹੈ ਯਾਨੀ 5 ਦੀ ਪਾਵਰ 12 ਆਨਸਰ ਹੋਏਗਾ 1.6 10 रे टू पावर 4 ਹੈ ਤਾਂ ਯਾਨੀ ਪੁਆਇੰਟ ਨੇ ਚਾਰ ਜਿੱਡ ਅੱਗੇ ਜਾਣਾ ਯਾਨੀ 6 ਨਾਲ 3 ਜ਼ੀਰੋਜ਼ ਲੱਗੀਆਂ ਹੋਣਗੀਆਂ ਤਾਂ ਆਪਸ਼ਨ A ਇਹਦਾ ਕਰੈਕਟ ਆਪਸ਼ਨ ਹੋ ਜਾਏਗਾ ਅਗਲਾ ਵਟ ਇਜ਼ ਦਾ ਕਾਮਨ ਵੈਕਟਰ ਆਫ 10 xy ਐਂਡ 12y ਦੇਖੋ ਦੋਨਾਂ ਚ ਇੱਕ ਤਾਂ y ਕਾਮਨ ਹੈ ਤੇ ਦੋਨੋਂ ਦੇ ਵਿੱਚ ਦੋ ਦੇ ਟੇਬਲ ਤੇ ਆਉਂਦੇ ਨੇ ਯਾਨੀ 2y ਦੋਨਾਂ ਦੇ ਵਿੱਚ ਕੀ ਹੋ ਜਾਏਗਾ ਕਾਮਨ ਹੋ ਜਾਏਗਾ ਦੋਨੋਂ ਦੋ ਦੇ ਟੇਬਲ ਤੇ ਆਉਂਦੇ ਨੇ ਤੇ ਦੋਨਾਂ ਚ ਕੀ ਕਾਮਨ ਹੈ भाई ऑप्शन हो गया अफसीसा कल भी तुम दसियासी भीडियो के अफसीसा की हूँ एक्स वाली वैल्यू हूँ एक्स वाली वैल्यू कि दो है अगला ए प्लस बी का होल स्केयर इतने बच्चा जो जी खोल खोलिया है ए स्केयर बी स्केयर प्लस टू ए बी ठीक है माइनस इतर फॉरमा खोलिया है ए स्केर बी स्केयर माइनस टू ए बी एनू खोलोगे ए स्केर बी स्केयर प्लस टू ए बी हूँ जलो आह खो माइनस ए साइन माइनस ए स्केयर माइनस बी स्केयर प्लस का की होजूगा टू ए भी साइन चेंज हो कटे जाएंगे यानी कि फोर ए बी आंसर होगा भी प्लस फोर ए बी माइनस का ना लाया हो ਬਸ ਆਲਾ ਸੀਗਾ ਹੁਣ ਦੇਖੋ ਤੁਸਾਂ ਲਾਇਆ ਹਾਂ ਜੋ ਲਾਇਆ ਹਾਂ ਚੈੱਕ ਕਰ ਲਓ ਬਸ ਡਾਇਗਨਲ ਆਫ ਸਕੁਅਰ ਬਾਈਸੈਕਟ ਈਚ ਅਦਰ ਐਟ ਰਾਈਟ ਐਂਗਲ ਇਹ ਸਾਰੇ MCQ ਉਪਰ ਡਿਸਕਸ ਕੀਤੇ ਹੋਏ ਸੀ ਰਾਈਟ ਐਂਗਲ ਲਿਖੋਗੇ ਜਾਂ ਫਿਰ 90 ਡਿਗਰੀ ਲਿਖੋਗੇ ਦੋਨੋਂ ਸਹੀ ਨੇ ਸਮ ਆਫ 올 ਐਂਗਲ ਕਿੰਨਾ ਆ ਜੀਗਾ 360 ਆ ਜੀਗਾ ਸਕੁਅਰ ਆਫ ਆਡ ਨੰਬਰ ਇਜ਼ ਆਲਵੇਜ਼ ਆਡ ਹੀ ਹੁੰਦਾ ਹੈ ਆ ਪਰਫੈਕਟ ਕਯੂਬ ਐਂਡ ਵਿਦ ਡਿਜੀਟ 2 ਕਹਿੰਦਾ ਇੱਕ ਪਰਫੈਕਟ ਕਯੂਬ ਹੈ ਜਿਹੜੀ ਕਿਹੜੇ ਦੇ ਐਂਡ ਹੋ ਰਹੀ ਹੈ 2 ਤੇ 8 ਹੋ ਰਹੀ ਹੈ ਦੇਖੋ ਬੱਚੇ ਕਿਹੜਾ ਪਰਫੈਕਟ ਕਯੂਬ ਇਹੋ ਜਿਹਾ ਹੁੰਦਾ ਜਿਹੜਾ 2 ਤੇ 8 ਹੁੰਦਾ ਮੈਨੂੰ ਪਤਾ ਜਦੋਂ 8 ਦਾ ਕਯੂਬ ਕਰਦਾ ਉਹ ਕਿੰਨਾ ਹੁੰਦਾ 512 ਹੁੰਦਾ ਹੈ ਹੈਨਾ ਤੇ ਦਾ 1ਸ ਡਿਜੀਟ ਆਫ ਇਟਸ ਕਯੂਬ ਰੂਟ ਵਿਲ ਬੀ ਤਾਂ ਇਹਦਾ ਜਦੋਂ ਕਯੂਬ ਰੂਟ ਕੱਢੋਗੇ ਤਾਂ ਉਹਦਾ 1ਸ ਡਿਜੀਟ ਕਿੰਨਾ ਆਊਗਾ ਤਾਂ ਬੱਚਿਓ 8 ਆਊਗਾ ਕਿੰਨਾ ਆਊਗਾ 8 ਤਾਂ ਇਹਦਾ ਆਨਸਰ ਕਿੰਨਾ ਆਉਣਾ ਸੀ 8 ਆਉਣਾ ਸੀ ਹੋ ਤੁਸੀਂ ਸਹੀ ਕੀਤਾ ਹੋਗਾ ਆਜੋ ਅਗਲੇ ਕੁਐਸਚਨ ਤੇ ਚੱਲਦੇ ਹਾਂ ਐਤੋਂ ਤੱਕ ਬੱਚੇ ਤੁਸੀਂ ਆਪਣੇ ਫਿਲਿੰਗ ਦਾ ਬਲੈਂਕਸ ਮੈਚ ਕਰ ਲਏ ਹੋਣਗੇ ਨੈਕਸਟ ਹੈ ਸਾਡੇ ਕੋਲ ਦਾ ਨੰਬਰ ਆਫ ਟੈਕਸ ਲੈਬ ਪੰਜ ਸਾਡੇ ਕੋਲ ਸਲੈਬ ਹੁੰਦੇ ਨੇ ਕੱਲ ਵੀ ਆਪਾਂ ਡਿਸਕਸ ਕੀਤੀ ਸੀ ਪਾਵਰ a ਦੀ ਪਾਵਰ m a ਦੀ ਪਾਵਰ n ਕਰੋਗੇ ਕਿੰਨਾ ਆ a ਦੀ ਪਾਵਰ m n ਆ ਜਾਊਗਾ ਦਾ ਹੋਰੀਜ਼ੋਨਟਲ ਲਾਈਨ ਇਨ ਕਾਰਟੀਜੀਅਨ ਪਲੇਨ ਕੀ ਕਹਿੰਦੇ ਆ ਨੂੰ x ਐਕਸਿਸ ਹੋਰੀਜ਼ੋਨਟਲ ਨੂੰ ਕੀ ਕਹਿੰਦੇ ਆ x ਐਕਸਿਸ ਕਹਿੰਦੇ ਆ ਠੀਕ ਹੈ ਬੱਚੇ ਆ ਜਾਓ ਹੁਣ ਆਪਾਂ ਟਰੂ ਫਾਲਸ ਡਿਸਕਸ ਕਰੀਏ ਠੀਕ ਹੈ ਜੀ ਇੱਥੇ ਤੱਕ ਨੈਕਸਟ ਟਰੂ ਫਾਲਸ ਤੇ ਆ ਜਾਓ 2x 3 5 y 2 ਇਜ਼ ਅ ਲੀਨੀਅਰ ਇਕੁਏਸ਼ਨ ਬੱਚੇ ਬਿਲਕੁਲ ਟਰੂ ਹੈ ਉਹਨੇ ਕੁਐਸਚਨ ਚਾਹ ਨਹੀਂ ਕਿ ਆ ਵਨ ਵੇਰੀਏਬਲ ਹੈ ਕੀ ਨਹੀਂ ਹੈ ਟੂ ਵੇਰੀਏਬਲ ਦੇ ਵਿੱਚ ਆ ਪਾਵਰ ਦਾ ਵਨ ਵਨ ਨਹੀਂ ਹੈ ਨਾ ਉਹਨੇ ਸਿਰ ਲੀਨੀਅਰ ਕਿਹਾ ਹਾਂਜੀ ਲੀਨੀਅਰ ਹੈਗੀ ਹੈ ਠੀਕ ਹੈ ਟਰੂ ਹੈ द डायगोनल ऑफ रेक्टेंगल आर इक्वल इन लेंथ हां जी ट्रू है व्हेना कॉइन इज टॉसड द नंबर ऑफ पॉसिबल आउटकम्स आर 6 कॉइन नु सिक्टे ते पोटल आउटकम 6 ਹੁੰਦੀਆਂ ਨੇ ਗਲਤ ਫਾਲਸ ਆਏਗਾ ਅਨਸਰ ਫਾਲਸ ਮਲਟੀਪਲਾਈ ਮੋਨੋਮੀਅਲ ਵਿਦ ਬਾਈਨੋਮੀਅਲ ਗੇਟ ਟ੍ਰਾਈਨੋਮੀਅਲ ਗਲਤ ਹੈ ਬੱਚੇ ਮੋਨੋਮੀਅਲ ਨੂੰ ਅਗਰ ਬਾਈਨੋਮੀਅਲ ਨਾਲ ਕਰਦੇ ਆ ਏ ਕੀ ਆਂਦਾ ਬਾਈਨੋਮੀਅਲ ਹੀ ਰਹਿ ਜਾਂਦੀ ਹੈ ਫਾਲਸ ਆਏਗਾ ਏਰੀਆ ਆਫ ਰੋਮਬਸ ਪ੍ਰੋਡਕਟ ਆਫ ਡਾਇਗਨਲ ਫਾਲਸ ਹੈ ਹਾਫ ਕਿੱਥੇ ਗਿਆ ਭਰਾਵਾ ਹਾਫ ਤਾਂ ਲਾਇਆ ਹੀ ਨਹੀਂ ਫਾਲਸ ਹੈ ਠੀਕ ਆ टू क्वांटिटी आर सेट टू बी इनडायरेक्ट दो क्वांटिटी डायरेक्ट ਕਹਾਂਗੇ ਵੈਨ ਇਨਕਰੀਸ ਇਨ ਵਨ ਕੁਆਂਟੀਟੀ ਲੀਡ ਇਨ ਇਨਕਰੀਸ ਟੂ ਅਦਰ ਬਿਲਕੁਲ ਠੀਕ ਹੈ ਡਾਇਰੈਕਟ ਕੀ ਹੁੰਦਾ ਅਗਰ ਇੱਕ ਚੀਜ਼ ਵੱਧ ਰਹੀ ਆ ਤਾਂ ਦੂਜੀ ਚੀਜ਼ ਵੀ ਵਧੇ ਅਗਲਾ a b² a² b² 2ab ਇਹ ਤਾਂ ਬਿਲਕੁਲ ਹੀ ਗਲਤ ਇਹ ਤਾਂ a² b² 2ab ਹੁੰਦਾ ਠੀਕ ਹੈ ਜੀ ਤਾਂ 8 ਤੇ 8 ਤੇ 8 ਰੂ ਸੀਗੇ ਬਾਕੀ ਤਾਂ 1 2 3 ਚਾਰ ਅਚਾਰਟ ਰੂਸੀ ਤਿੰਨ ਫਾਲਸ ਮਤਲਬ ਤੁਸੀਂ ਦੇਖ ਲਓ ਮੈਂ ਟਿਕ ਲਾਤੇ ਆ ਕਿਨੇ ਰੂ ਕਿਨੇ ਫਾਲਸ ਤੁਸੀਂ ਆਪ ਹੀ ਕੰਨ ਲਿਓ ਜੋ ਮਾਰਕ ਕਰਦੇ ਆ ਬਸ ਉਹ 100% ਸ਼ੋਰ ਨੇ ਨੈਕਸਟ ਆ ਜੋ 2 ਮਾਰਕਸ ਵਾਲੇ ਕੁਐਸਚਨ ਕਹਿੰਦਾ ਸਿੰਪਲੀਫਾਈ ਦਿਸ ਐਂਡ ਰਾਈਟ ਦਾ ਮਲਟੀਪਲੀਕੇਟਿਵ ਪਹਿਲਾ ਸਿੰਪਲੀਫਾਈ ਕਰਨ ਨੂੰ ਕਹਿ ਰਿਹਾ ਤਾਂ ਸਿੱਧਾ ਹੀ ਨਾ ਮਲਟੀਪਲੀਕੇਟਿਵ ਇਨਵਰਸ ਕਰਿਓ ਪਹਿਲਾ ਸਿੰਪਲੀਫਾਈ ਕਰਿਓ ਸਿੰਪਲੀਫਾਈ ਕੀ ਮੇਂ ਜਿਵੇਂ 5/8 4/3 ਦਿੱਤਾ ਹੈ 4 ਦੇ ਘਟੋਂਗੇ 2 ਤੇ ਤਾਂ ਕਿੰਨਾ ਹੋ ਗਿਆ 5/3 2 6 ਹੁਣ ਇਹਦਾ ਮਲਟੀਪਲੀਕੇਟਿਵ ਇਨਵਰਸ ਪੁੱਛ ਰਿਹਾ ਤਾਂ ਕਿੰਨਾ ਹੋ ਜਾਊਗਾ 6/5 ਇਹ ਇਹਦਾ ਕਰ फाइंड द स्क्वायर रूट बाय प्राइम फैक्टराइजेशन मेथड 19723 ਦੇ ਪ੍ਰਾਈਮ ਫੈਕਟਰ ਬਣਾਉਗੇ 3 ਤੇ ਕਿਆ ਕਿੰਨਾ ਆ ਜੂਗਾ 243 3 ਤੇ ਕਿਆ ਕਿੰਨਾ ਆ ਜੂਗਾ 3 ਦੇ ਟੇਬਲ ਦੇ 24 8 ਤੇ 1 ਤੇ 3 ਦੇ ਟੇਬਲ ਦੇ ਕਿੰਨਾ ਆ ਜੂਗਾ 27 3 ਦੇ ਟੇਬਲ ਤੇ 9 3 ਦੇ ਟੇਬਲ ਤੇ 3 3 ਦੇ ਟੇਬਲ ਦੇ ਕਿੰਨਾ ਆ ਜੂਗਾ 1 ਆ ਜੂਗਾ ਆ ਦੋ ਪੇਅਰ ਆ ਦੋ ਪੇਅਰ ਆ ਦੋ ਪੇਅਰ ਬਣ ਜਾਣਗੇ ਯਾਨੀ 3 3 3 ਕਿੰਨਾ ਆ ਜੂਗਾ 27 ਆਨਸਰ ਹੋ ਜਾ ਕਿੰਨਾ ਆ ਜੂਗਾ 27 ਹੋ ਜੂਗਾ ਇਹ ਵਾਲੇ ਕੁਐਸਚਨ ਦਾ ਠੀਕ ਹੈ ਜੀ फाइंड द स्मॉलेस्ट ਨੰਬਰ 바이 ਵਿਚ 81 ਮਸਟ ਬੀ ਮਲਟੀਪਲਾਈਡ ਟੂ ਆਬਟੇਨ ਦਾ ਪਰਫੈਕਟ ਕਿਊਬ ਕਹਿੰਦਾ 81 ਨੂੰ ਕਿਹੜੇ ਸਮਾਲੈਸਟ ਨੰਬਰ ਨਾਲ ਮਲਟੀਪਲਾਈ ਕਰਾਈਏ ਤਾਂ ਕਿ ਕੀ ਬਣ ਜੇ ਪਰਫੈਕਟ ਕਿਊਬ ਬਣ ਜੇ ਦੇਖੋ ਬੱਚੇ ਇੱਥੇ ਤੱਕ ਤਾਂ ਮੈਂ ਕੀਤਾ ਹੀ ਹੋਇਆ ਇਹ ਚੀਜ਼ ਨੂੰ ਬਸ ਕੱਢ ਦੇਣਾ ਦੇਖੋ ਆ ਤਿੰਨ ਦਾ ਪੇਅਰ ਬਣ ਗਿਆ ਇੱਥੇ ਇੱਕ ਹੀ ਤਿੰਨ ਹੈ ਯਾਨੀ ਦੋ ਤਿੰਨ ਦੀ ਕਮੀ ਹੈ 3 de, to, 3 ਦਾ ਕਿੰਨਾ 9 ਤਾਂ ਕਿਹਦਾ ਮਲਟੀਪਲਾਈ ਕਰਾਣਾ ਸੀ ਇਹਨੂੰ 9 ਤਾਂ ਇਹਦਾ ਕਰੈਕਟ ਆਨਸਰ ਕੀ ਆਣਾ ਸੀ 9 ਆਉਣਾ ਸੀ ਦਾ ਸਮਾਲੈਸਟ ਨੰਬਰ ਇਜ਼ 9 ਅਗਲਾ ਆ ਜਾਓ ਅਗਲਾ ਹੈਗਾ 5 ਦੀ ਪਾਵਰ p ਤੇ ਵਿੱਚ ਪਾਇਆ ਹੋਇਆ ਡਿਵਾਈਡ ਦਾ ਸਾਈਨ ਤੇ ਦਿੱਤਾ 5 ਦੀ ਪਾਵਰ -3 = 5 ਦੀ ਪਾਵਰ 5 ਜਦੋਂ ਡਿਵਾਈਡ ਦਾ ਪਾਵਰ ਮਾਈਨਸ ਹੋਣੀ ਹੈ ਮਾਈਨਸ -3 ਲਾਉਂਗੇ ਤੇ ਪਲੱਸ ਦਾ 3 ਹੋ ਜਾਊਗਾ 5 ਦੀ ਪਾਵਰ ਪਾਵਰ ਇਕੁਅਲ ਹੋ ਜਾਣਗੀਆਂ ਯਾਨੀ 5 3 5 ਤਾਂ ਪੀ ਦੀ ਵੈਲਿਊ ਕਿੰਨੀ ਆ ਜਾਊਗੀ ਅੱਛੇ ਕੈਰੈਕਟਰ 2 ਤਾਂ ਤੇ ਪੀ ਦਾ ਆਨਸਰ ਕਿੰਨਾ ਆਣਾ ਸੀ 2 ਆਣਾ ਸੀ ਠੀਕ ਹੈ ਜੀ ਨੈਕਸਟ ਕੁਐਸਚਨ ਤੇ ਆਜੋ ਪਾਰਟ ਸੀ ਠੀਕ ਹੈ ਜੀ ਪਾਰਟ ਨੇ ਇੰਨੀ ਸੀ ਹਾਂ ਠੀਕ ਹੈ ਅਗਲਾ ਪਾਰਟ ਸੀ ਪ੍ਰੀਤ ਇਸ 6 ਇਅਰ 올ਡਰ ਦੈਨ ਅਬਦੁੱਲ ਇਹ ਸਾਰੇ ਕੁਐਸਚਨ ਦੇਖੋ ਆਪਾਂ ਕਰਾਏ ਹੋਏ ਨੇ ਕੋਈ ਵੀ ਇਹੋ ਜਿਹਾ ਕੁਐਸਚਨ ਨਹੀਂ ਜੋ ਆਪਾਂ ਨਹੀਂ ਕਰਾਇਆ ਠੀਕ ਹੈ ਜੀ ਤੇ ਦੇਖੋ ਆ ਸਾਰੇ ਸੀ ਪਾਰਟ ਦੇ ਪ੍ਰੀਤ ਇਸ 6 ਇਅਰ 올ਡਰ ਦੈਨ ਅਬਦੁੱਲ ਪ੍ਰੀਤ ਅਬਦੁੱਲ ਤੋਂ ਕਿੰਨਾ ਸਾਲ ਵੱਡਾ ਹੈ 6 ਸਾਲ ਦਾ ਅਬਦੁੱਲ ਦੀ ਜਨ ਅਗੋ ਪ੍ਰੀਤੇਜਵਾ 6 ਸਾਲ ਪਹਿਲਾਂ ਇਹਦੀ ਏ ਦੇ ਵਿੱਚੋਂ 6 ਮਾਈਨਸ ਕਰਤਾ ਸੀ ਅਬਦੁੱਲ ਦੀ ਇਹਦੇ ਵਿੱਚੋਂ 6 ਮਾਈਨਸ ਕਰਤਾ ਸੀ ਪ੍ਰੀਤੇਜਵਾ 4 ਟਾਈਮ ਇਹ ਆਪਾਂ ਫਾਸਟ ਫਾਸਟ ਤਾਂ ਕਰ ਰਹੇ ਹਾਂ ਤੁਸੀਂ ਦੇਖ ਵੀਡੀਓ ਚ ਦੇਖਿਆ ਹੋਊਗਾ ਆਪਾਂ ਮਤਲਬ ਸੋਲਵ ਕਰਾਈ ਹੋਇਆ x 4x 24 ਤਾਂ ਤੁਸੀਂ ਸੋਲਵ ਕਰੋਗੇ -3x -24 ਤਾਂ x ਦੀ ਵੈਲਿਊ ਤੁਹਾਡੇ ਕੋਲ 24 3 ਕੱਟ ਕੇ ਕਿੰਨੀ ਆ ਜਾਂਦੀ 8 ਆ ਜਾਂਦੀ ਉਹਨੇ ਕਿਹਦੀ ਪੁੱਛੀ ਹੈ ਪ੍ਰੈਜ਼ੈਂਟ ਫਾਈਂਡਰ ਪ੍ਰੈਜ਼ੈਂਟ ਏਜ ਤਾਂ ਪ੍ਰੈਜ਼ੈਂਟ ਏਜ ਅਬਦੁੱਲ ਦੀ ਕਿੰਨੀ ਆ ਜਾਂਦੀ x ਤੇ ਇਹਦੀ ਆ ਜਾਂਦੀ 8 6 ਕਿੰਨਾ 14 ठीक है जी अब्दुल दी 8 साल प्रीति दी की 14 साल क्लियर हो गया जी बेस्ट एदा नाल दा ऑप्शन भी आपा करवाया हो जीगा ए क्वेश्चन पेपर पर कराया हुआ है 2 4 6 ਦਾ ਐਲਸੀਮ ਲਾਓਗੇ ਕਿੰਨਾ ਆ ਜਾਏਗਾ ਬੱਚੇ 2 4 6 ਦਾ ਐਲਸੀਮ 12 2 ਨਾਲ ਡਿਵਾਈਡ ਕਰਾਂਗੇ ਇਹਨੂੰ ਠੀਕ ਹੈ ਜੀ ਤੇ ਉੱਪਰ ਮਲਟੀਪਲਾਈ ਕਰਾਂਗੇ 6 ਐਨ ਆ ਜਾਏਗਾ ਮਾਈਨਸ 4 ਨਾਲ ਡਿਵਾਈਡ ਕਰਾਂਗੇ ਤੇ 9 ਐਨ ਆ ਜਾਏਗਾ 6 ਨਾਲ ਕਰਾਂਗੇ ਤੇ 10 ਆ ਜਾਊਗਾ ਇਕੁਅਲ ਟੂ 21 ਹੋ ਗਿਆ 10 ਚ ਐਨ ਲਾ ਲਿਓ 1 ਇਹ ਇੱਕ ਬਚਿਆ 7 ਐਨ ਇਕੁਅਲ ਟੂ 21 ਇਕੁਅਲ ਟੂ 12 ਆ ਗਿਆ ਜਦੋਂ ਮੈਂ ਕਿਹਾ ਸੀ ਇਹਨੂੰ ਮਲਟੀਪਲਾਈ ਨਾ ਕਰਾਇਓ ਕੀ ਕਿਹਾ ਸੀ ਪਹਿਲਾਂ ਥੱਲੇ ਜਾ ਕੇ ਡਿਵਾਈਡ ਕਰਾਓ ਯ ਨਾ ਨਾ ਭਾਰਤੀਗਨਾ ਆ ਗਿਆ 36 ਤਾਂ ਐਂਦੀ ਵਾਲੀ 36 ਇਹਦਾ கரੈਕਟ ਆਪਸ਼ਨ ਸੀਗਾ ਇਹਦਾ 36 ਸੀਗਾ ਇਹਦਾ ਆਪਸ਼ਨ ਕਿੰਨਾ ਸੀਗਾ ਅਬਦੁੱਲ ਦੀ 8 ਤੇ ਪ੍ਰੀਤ ਦੀ ਕਿੰਨੀ 14 ਕਮੈਂਟ ਦੇ ਵਿੱਚ ਸਾਰੇ ਨੇ ਦੱਸਣਾ ਕਿੰਨੇ ਨੰਬਰ ਬਣ ਗਏ 80 ਆ ਚ 80 ਬਣ ਗਏ ਕਿੰਨੇ ਬਣ ਗਏ ਠੀਕ ਹੈ ਜਿੰਨੇ ਵੀ ਤੁਹਾਡੇ ਨੰਬਰ ਬਣੇ ਤੁਸੀਂ ਆਪਣੇ ਵੱਲੋਂ ਬੈਸਟ ਕੀਤਾ ਆਪਣੇ ਕਮੈਂਟ ਦੇ ਵਿੱਚ ਨੰਬਰ ਜ਼ਰੂਰ ਮੈਂਸ਼ਨ ਕਰਨਾ ਇਕੱਲਾ ਇਕੱਲਾ ਬੱਚਾ ਮੈਂਸ਼ਨ ਕਰਨਾ ਇਨਾ ਪੈਰਲੋਗਰਾਮ b 105 ਫਾਈਂਡ ਆਲ ਆਪੋਲ ਟੈਂਗਲਰ ਇਕਵਲ ਯਾਨੀ ਆ ਐਂਗਲ ਵੀ ਕਿੰਨਾ ਹੋ ਗਿਆ 125 ਹੁਣ ਆਪਾਂ ਪੜਿਆ ਸੀ ਅਡਜਸੈਂਟ ਐਂਗਲ ਦਾ ਸਮ ਕਿੰਨਾ ਹੁੰਦਾ 180 ਹ 105 ਉਧਰ ਆ ਕੇ ਮਾਈਨਸ ਹੋ ਜੂਗੀ ਯਾਨੀ ਐਂਗਲ ਆ ਗਿਆ 180 105 ਤਾਂ ਐਂਗਲ E ਬਣ ਜੂਗਾ 180 ਜੋ ਮਾਈਨਸ ਕਰਾਂਗੇ 75 ਤਾਂ ਐਂਗਲ ਕਿੰਨਾ ਆ ਗਿਆ 75 ਤਾਂ ਆਪੋਜ਼ਿਟ ਐਂਗਲ ਵੀ ਕਿੰਨਾ ਬਣੂਗਾ 75 ਬਣੂਗਾ ਕਲੀਅਰ ਹੋ ਗਿਆ ਬੱਚੇ ਤੱਕ ਨੈਕਸਟ ਦੇ ਆਜੋ ਅ ਠੀਕ ਹੈ ਜੀ ਅਗਲਾ 2x2 3x ਨੂੰ ਐਡ ਕਰਨਾ ਬਸ ਇੱਕ ਸੈਕਿੰਡ ਤੁਹਾਡਾ ਟਾਈਮ ਦਿਓ ਆ ਥੋੜੀ ਜਿਹੀ ਨਾ ਸਕਰੀਨ ਦੇ ਵਿੱਚ ਮੈਂ ਤੁਹਾਨੂੰ ਐਡ ਕਰਕੇ ਦਿਖਾ ਦਾਂ ਕਿ ਇਹਦਾ ਆਨਸਰ ਕਿੰਨਾ ਬਣੂਗਾ ਆ ਚੀਜ਼ਾਂ ਨੂੰ ਤੁਸੀਂ ਨੋਟ ਕਰ ਲਿਆ ਹੋਣਾ ਹਨਾ ਆਨਸਰ ਨੂੰ ਸੁਣਤਾ ਮੈਂ ਤੁਸੀਂ ਮੈਚ ਕਰ ਲਿਓ ਮੈਨੂੰ ਵਾਸਤੇ ਇਹ ਥੋੜੀ ਖਾਲੀ ਚਾਹੀਦੀ ਹੈ ਤਾਂ ਕਿ ਮੈਂ ਆਰਾਮ ਨਾਲ ਚੀਜ਼ਾਂ ਨੂੰ ਡਿਸਕਸ ਕਰਾ ਸਕਾਂ ਤੁਹਾਨੂੰ ਇਕੱਲਾ- ਇਕੱਲਾ ਆਨਸਰ ਨਾਲ ਜਾਣੂ ਕਰਾ ਸਕਾਂ ਤਾਂ ਕਿ ਤੁਹਾਨੂੰ ਇੱਕ ਮਤਲਬ ਸੰਤੁਸ਼ਟੀ ਮਿਲ ਜੇ ਕਿ ਹਾਂ ਕਿ ਜੋ ਵੀ ਸਰ ਕਰਾਉਂਦੇ ਨੇ ਉਹਦੇ ਵਿੱਚ ਆਉਂਦਾ ਹੈ ਕੁਝ ਨੂੰ ਐ ਨਾ ਲੱਗੇ ਕਿ ਹਾਂ ਵੀ ਸਰ ਨੇ ਇਦਾਂ ਹੀ ਕਰਾਤਾ ਕੋਈ ਐ ਨਹੀਂ ਮਾਰੀ ਹੋਈ ਆਪਾਂ ਹਵਾ ਦੇ ਵਿੱਚ ਗੱਲ ਬਾਬਾ ਮਤਲਬ ਕੰਮ ਕੀਤੇ ਨੇ ਹਨਾ ਪੜਾਇਆ ਤਾਂ ਸਾਰੀ ਚੀਜ਼ਾਂ ਪਤਾ ਨਹੀਂ ਕਿਥੋਂ ਕੀ ਪੇਪਰ ਬਣਦਾ ਅਗਲਾ ਦੇਖੋ 2x² ਐਡ ਕਰਨਾ 2x² y² 3xy 4 5 +7xy ਤੇ -3x ਦਾ ਸਕੁਅਰ ਇਹਨਾਂ ਨੂੰ ਐਡ ਕਰਨਾ ਸੀ ਦੇਖ ਲਈ ਵੀਡੀਓ ਚ ਸਾਰਾ ਹੋ ਰਿਹਾ ਹਾਂ ਠੀਕ ਹੈ ਦੇਖੋ ਹੁਣ ਟਰਮਾਂ ਬਚਾਉਣੇ ਤੇ y ਦੇ ਉੱਤੇ ਕੀ ਸੀਗਾ ਸਕੁਅਰ ਸੀਗਾ ਜਿਹੜੀ ਸਿਮਿਲਰ ਟਰਮਸ ਨੇ ਉਹਨੂੰ ਕਰ ਲਓ ਜਿਵੇਂ x²y² ਵਾਲੀ ਟਰਮ ਹੈ ਇਹਦਾ ਸਾਈਨ ਪਲੱਸ ਦਾ ਹੈ ਦਾ ਮਾਈਨਸ ਦਾ ਯਾਨੀ ਕਿੰਨਾ ਆ ਜੂਗਾ -x²y² ਹੁਣ xy ਵਾਲ ਟਰਮ ਦੇਖੋ ਇੱਕ ਆ ਰਹੀ ਇੱਕ ਆ ਰਹੀ ਤਾਂ ਇੱਥੇ ਬਚੂਗਾ ਦਾ 4xy ਠੀਕ ਹੈ ਜੀ ਹੁਣ ਕਨਸਟੈਂਟ ਟਰਮ ਦੇ ਆਦੋ 4 5 ਕਿੰਨਾ ਹੁੰਦਾ 9 ਹੁੰਦਾ ਅੱਗੇ ਪਿੱਛੇ ਲਿਖ ਦੋਗੇ ਕੋਈ ਚੱਕਰ ਨਹੀਂ ਬਟ ਆਨਸਰ ਤੁਹਾਡਾ ਆਹੀ ਹੁਣਾ ਚਾਹੀਦਾ ਸੀ ਠੀਕ ਹੈ ਜੀ ਇਹ ਤੁਹਾਡੇ ਕੁਸ਼ਨ ਦਾ ਆਨਸਰ ਹੋ ਗਿਆ ਠੀਕ ਹੈ -x2 y2 ਤੇ a 4xy ਤੇ ਪਲੱਸ ਦਾ ਕਿੰਨਾ 9 ਚਲੋ ਠੀਕ ਹੈ ਜੀ ਨੈਕਸਟ ਕੁਸ਼ਨ ਤੇ ਆਜੋ ਫਟਾਫਟ ਲੋ ਇਫ ਦਾ weight ਆ ਕੀ ਲਿਖਿਆ ਆਇਆ x ਸੈਕਿੰਡ ਠੀਕ ਹੈ ਇਹਨੂੰ ਰੀਡਸ ਕਰ ਰਹੇ ਆਂ ਇਫ ਦਾ weight ਆਫ 12 ਸ਼ੀਟ ਆਫ ਪੇਪਰ ਇਜ਼ 36 ਗ੍ਰਾਮ ਹਾਂਜੀ 12 ਸ਼ੀਟਾਂ ਦਾ ਵਜਨ ਦਿੱਤਾ ਹੈ 36 ਗ੍ਰਾਮ ਹਾਊ ਮਨੀ ਸ਼ੀਟਸ ਸੇਮ ਪੇਪਰ ਵਿਲ weight 300 ग्राम ਤਾਂ ਬੱਚੇ ਆਪਾਂ फटाफट ਦੋ ਇਦਾਂ 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 ਕਰ ਲਾਂਗੇ ਮੈਂ ਤੁਹਾਨੂੰ ਕਹਿੰਦਾ ਟੇਬਲ ਬਣਾਇਓ weight ਇੱਥੇ ਲਿਖ ਲਾਂਗੇ ਨੰਬਰ ਆਫ ਸ਼ੀਟ ਕਿ ਕਿੰਨੀਆਂ ਸ਼ੀਟਾਂ ਨੇ ਉੱਥੇ ਲਿਖ ਲਾਂਗੇ ਵਜ਼ਨ ਕਿੰਨੀਆਂ ਸ਼ੀਟਾਂ ਵਿੱਚ 12 ਵਜ਼ਨ ਕਿੰਨਾ 36 ਠੀਕ ਹੈ ਜੀ ਕਹਿੰਦਾ ਹਾਊ ਮਨੀ ਸ਼ੀਟ ਆਪਾਂ ਕੱਢਣੀ ਹੈ ਵਜ਼ਨ ਕਿੰਨਾ ਹੋਵੇ 300 ਹੁਣ ਜੇ ਇਹ ਵਜ਼ਨ ਵੱਧ ਗਿਆ ਤਾਂ ਸ਼ੀਟਾਂ ਵੀ ਵਧੀਆਂ ਹੋਣਗੀਆਂ ਟਰੈਕ ਪ੍ਰੋਪੋਰਸ਼ਨ ਦਾ ਕੇਸ ਹੈ ਫਾਰਮੂਲਾ ਆਇਆ ਹੋਣਾ ਤੁਸੀਂ x1 y1 x2 y2 ਤੇ ਲਿਖਿਆ ਹੋਣਾ ਬੜਾ ਬੜਾ 36 x x2 300 ਉਧਰ ਜਾਊਗਾ ਮਲਟੀਪਲਾਈ ਹੋ ਜਾਊਗਾ ਯਾਨੀ 12/32 ਦੇ ਵਿੱਚ ਕਿੰਨਾ ਆ ਗਿਆ 300 x 12 ਦੇ ਟੇਬਲ ਤੇ 32 ਕੱਟਾਂਗੇ ਕਿੰਨੇ ਤੇ 3 ਦੇ ਟੇਬਲ ਤੇ ਕੱਟਾਗਾ 100 ਤੇ ਤਾਂ ਇਹੋ ਜਿਹੀ ਕਿੰਨੀਆਂ ਸ਼ੀਟਾਂ ਲੱਗਣਗੀਆਂ ਭਲੇ ਮਾਨਸੋ 100 ਸ਼ੀਟਾਂ ਲੱਗਣਗੀਆਂ ਕਲੀਅਰ ਹੋ ਰਿਹਾ ਨਾ ਕੱਲਾ ਕੱਲਾ ਪੁਆਇੰਟ ਕੱਲਾ ਕੱਲਾ ਕਨਸੈਪਟ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਠੀਕ ਹੈ ਜੀ ਇਹਦਾ ਆਨਸਰ ਕਿੰਨਾ ਆਣਾ ਸੀਗਾ 300 ਗ੍ਰਾਮ ਸ਼ੀਟਾਂ ਵਾਸਤੇ 100 ਆਉਣਾ ਸੀਗਾ 15 men build up wall in 24 hour ਤੇ ਇਹ ਦੇਖੋ ਇਨਵਰਸ ਦਾ ਕੁਐਸਚਨ ਆ ਗਿਆ ਹਾਊ ਮੈਨੀ will build the same in 30 hour ਤਾਂ 24 ਲਿਖਿਆ ਹੋਣਾ ਆ ਪਹੁੰਚ ਕਿੰਨਾ ਕਰਤਾ ਹੋਣਾ 30 ਇਕੁਅਲ ਟੂ ਐਕਸ ਕਰ ਲਿਆ ਹੁਣ 15 ਟੇਬਲ ਤੇ 30 ਕਿੰਨੇ ਤੇ ਆ ਗਿਆ 2 ਤੇ 2 ਦੇ ਟੇਬਲ ਤੇ ਕਿੰਨਾ ਆ ਗਿਆ 12 ਤੇ ਯਾਨੀ ਕਿੰਨੇ ਬੰਦੇ ਚਾਹੀਦੇ ਜੇ 30 ਘੰਟਿਆਂ ਦੇ ਵਿੱਚ ਕੰਮ ਕਰਾਉਣਾ ਹੈ ਨਾ ਤਾਂ 12 ਬੰਦੇ ਦੇਖੋ ਟਾਈਮ ਵੱਧ ਗਿਆ ਬੰਦੇ ਕੀ ਹੋਣਗੇ ਘੱਟ ਲੱਗਣਗੇ ਉੱਪਰ ਜੀ ਗੱਲ ਹੈ ਦਾ ਅਨਸਰ ਕਰੈਕਟ ਕੀ ਬੰਨਣਾ ਸੀ 12 ਬੰਨਣਾ ਸੀ ਠੀਕ ਹੈ ਜੀ ਨੈਕਸਟ ਆਜੋ ਫੈਕਟਰਾਇਜ਼ ਕਰਨਾ ਸੀ ਮੈਂ ਔਰ ਸ਼ੋਰ ਸਾਰੇ ਪਾੜ ਕਰਾ ਦੇਣੇ ਆ ਤਾਂ ਕਿ ਤੁਸੀਂ ਮੈਚ ਕਰ ਸਕੋ ਐਕਸ ਸਕੁਅਰ ਪਲਸ 14 ਐਕਸ ਪਲਸ 33 हां बच्चे ये फैक्टराइज ਕਰਨ ਦਾ ਤਰੀਕਾ ਕੀ ਹੈ ਵਿਚਲੇ ਨੰਬਰ ਨੂੰ ਦੋ ਨੰਬਰਾਂ ਚ ਬ੍ਰੇਕ ਕਰਕੇ ਲਿਖਣਾ ਹੁੰਦਾ ਹੈ ਪਲੱਸ ਮਾਈਨਸ ਕਰਤੇ 14 ਮਲਟੀਪਲਾਈ ਤੇ 33 ਕਿੰਨਾ ਆ ਗਿਆ 11x 3x ਪਲੱਸ ਤਾਂ ਕਿੰਨਾ ਆ ਗਿਆ 33 ਤੇ ਇੱਥੇ ਤੁਸੀਂ ਕਾਮਨ ਲਓਗੇ 11 x ਕਾਮਨ ਆ ਜੂਗਾ ਬਚੂਗਾ ਇੱਥੇ 3 ਕਾਮਨ ਆ ਜੂਗਾ 11x 11 ਬਚੂਗਾ ਤਾਂ x 11 ਠੀਕ ਹੈ ਜੀ ਪਲੱਸ ਐਕਸ ਇਥੇ ਆਹ ਪਲੱਸ ਨਹੀਂ ਆਉਣਾ ਐਕਸ ਪਲੱਸ 3 ਆਹ ਦੋ ਇਹਦੇ ਫੈਕਟਰਾਇਜ਼ ਹੋਣੇ ਸੀ ਆ ਇਹਦਾ ਕਰੈਕਟ ਆਪਸ਼ਨ ਬਣਨਾ ਸੀ ਬਟ ਮੈਨੂੰ ਪੂਰੀ ਪ੍ਰਿਆਸ ਹੈ ਸਾਰੇ ਬੱਚੇ ਨਹੀਂ ਐਮਸੀਕਿਊ ਮੈਥ ਦਾ ਕੁਲ ਮੈਂ ਕੀਤਾ ਹੋਣਾ ਐਸੇ ਫਾਰਮੂਲਾ ਕੀ ਹੋ ਗਿਆ a² b² ਦਾ ਕੀ ਹੁੰਦਾ a b a b ਯਾਨੀ ਇਹਦਾ ਪਹਿਲੇ ਦਾ ਆਉਣਾ ਸੀਗਾ ਉਸ ਤੋਂ ਬਾਅਦ x 3 ਦਾ ਹੋਲ ਸਕੁਅਰ ਇਹ ਫਾਰਮੂਲਾ ਹੈਗਾ x 3 ਦਾ ਸਕੁਅਰ ਯਾਨੀ ਦੋ ਵਾਰ x 3 x 3 ਲਿਖਿਆ ਹੋਣਾ ਚਾਹੀਦਾ ਸੀ ਆ ਤੁਹਾਡਾ ਦੂਜਾ ਆਪਸ਼ਨ ਬਣ ਗਿਆ ਇਹਦੇ ਵਿੱਚੋਂ 3x ਤੁਹਾਡਾ ਕਾਮਨ ਆ ਜਾਣਾ ਸੀਗਾ ਨਹੀਂ ਆ ਆ ਦੇਖੋ ਆਹ ਲੱਕ ਆਪਸ਼ਨ ਅ ਦੂਜੀ ਆਹ ਦੇਖੋ 3x= ਤੋਂ ਆਮਨ ਆ ਗਿਆ ਬਚਿਆ ਗਿਆ x-1 ਇਹ ਸਾਡਾ ਸੀਗਾ ਆਪਸ਼ਨ ਨੰਬਰ ਤੀਜਾ ਤੇ ਬਚਿਆ ਹੋਇਆ ਤਾਂ ਆਪਾਂ ਚੈੱਕ ਵੀ ਨਹੀਂ ਕਰਨਾ ਚੌਥਾ ਹੈ 3x=9 x ਕਿਰ ਬਚੂਗਾ ਠੀਕ ਹੈ ਜੀ ਆਪਸ਼ਨ ਵੀ ਸਾਡੇ ਮੈਚ ਹੋ ਗਏ ਨਾਓ ਆਜੋ ਵੀ ਬੜੇ ਫਟਾਫਟ ਤਾਹ 13ਵਾਂ ਕੁਐਸਚਨ ਸਾਡਾ ਦਿੱਤਾ ਹੋਇਆ ਗ੍ਰਾਫ ਦੇ ਉੱਤੇ ਕਿੰਕਾਂ ਕੋੰਕਾਂ ਲਾਈਨਾਂ ਹੋਈਆਂ ਨੇ ਵਟ ਵਾਸ ਦਾ ਪੇਸ਼ੈਂਟ ਟੈਂਪਰੇਚਰ ਐਟ 12 ਪੀਐਮ 2 ਪੀਐਮ ਸੌਰੀ 2 ਪੀਐਮ ਕਿਥੇ ਆ ਰਹੇ 2 ਪੀਐਮ 2 ਪੀਐਮ ਦੇ ਉੱਤੇ ਟੈਂਪਰੇਚਰ ਹੈਗਾ ਆ ਲਗਭਗ 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 ਚੈੱਕ ਕਰ ਲੈਣਾ 101 ਕ ਹਣਾ 101 ਡਿਗਰੀ ਫੈਰਨਹਾਈਟ ਆ ਨਾਲ ਫੈਰਨਹਾਈਨ ਫੁਲਨ ਹਾਈਨ ਲਾਈਨ ਪਾ ਦਿਓ ਠੀਕ ਹੈ 101 ਡਿਗਰੀ ਫੈਰਨਹਾਈਟ ਸੀਗਾ ਟੈਂਪਰੇਚਰ ਬੱਚੇ ਦੇਖ ਲੈਣਾ ਮੈਨਾਂ ਤੁਸੀਂ ਉੱਥੇ ਸਕੇਲ ਲਗਾ ਕੇ ਐਕਚੁਅਲ ਦੇ ਵਿੱਚ ਮਾਪ ਕਰ ਲਿਆ ਹੋਣਾ 121 ਲੱਗ ਰਿਹਾ ਠੀਕ ਹੈ ਅਗਲਾ ਆ ਜੋ ਵਟ ਵਾਸ ਦਾ ਪੇਸ਼ੈਂਟ ਟੈਂਪਰੇਚਰ ਐਟ 3 ਪੀਐਮ 3 ਪੀਐਮ ਦੇ ਉੱਤੇ ਪੇਸ਼ੈਂਟ ਸਟੂਡੈਂਟ ਦਾ ਟੈਂਪਰੇਚਰ ਕਿੰਨਾ ਆ ਦੇਖਿਓ 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 ਕਿੰਨਾ 99 ਹੀ ਲੱਗ ਰਿਹਾ ਠੀਕ ਆ ਤਾਂ ਕਿੰਨਾ ਆ ਗਿਆ 99 ਡਿਗਰੀ ਫੈਰਨਹਾਈਟ ਠੀਕ ਆ ਵੈਨ ਹੁਣ ਪੁੱਛਿਆ ਕਦੋਂ ਵੈਨ ਵਾਸ ਦਾ ਟੈਂਪਰੇਚਰ 100 ਡਿਗਰੀ 100 ਕਿੱਥੇ ਆ ਦੇਖੋ ਆ ਸਿੱਧੀ 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 ਲਾਈਨ ਪਾਈ ਆ ਦੋ ਜਗ੍ਹਾ ਤੇ ਟੈਂਪਰੇਚਰ 12 ਤੇ 1 12 ਨੂਨ ਐਂਡ 1 ਪੀਐਮ ਟੈਂਪਰੇਚਰ ਵਾਸ 100 ਫੈਰਨਹਾਈਟ 12 ਨੂਨ ਤੇ 1 ਵਜੇ ਤਾਂ ਦੋਨੋਂ ਆਨਸਰ ਲਿਖਣੇ ਸੀ 12 12 ਨੂਨ ਤੇ 1 ਪੀਐਮ ਠੀਕ ਹੈ ਜੀ ਉਹਨੇ ਪੁੱਛਿਆ ਸੀ ਵੈਨ ਵਾਸ ਪੇਸ਼ੈਂਟਸ ਟੈਂਪਰੇਚਰ 100 ਕਿਹੜੇ ਟਾਈਮ ਤੇ ਸੀਗਾ ਇੱਕ ਤਾਂ 12 ਵਜੇ ਸੀਗਾ 12 ਨੂਨ ਤੇ ਇੱਕ ਕਿੰਨਾ ਸੀਗਾ 1 ਪੀਐਮ ਤੇ ਔਨ ਵਿਚ ਟੂ ਟਾਈਮਸ ਦਾ ਪੇਸ਼ੈਂਟ ਟੈਂਪਰੇਚਰ ਵਾਸ ਸੇਮ ਕਹਿੰਦਾ ਕਿਹੜੇ ਟਾਈਮ ਦੇ ਉੱਤੇ ਪੇਸ਼ੈਂਟ ਦਾ ਟੈਂਪਰੇਚਰ ਸੇਮ ਸੀਗਾ ਔਨ ਵਿਚ ਟੂ ਟਾਈਮਸ ਉਹਨੇ ਟਾਈਮ ਪੁੱਛਿਆ ਕਿਹੜੇ ਟਾਈਮ ਤੇ ਇਹਦਾ ਆਨਸਰ ਵੀ ਉੱਪਰ ਵਾਲਾ ਸੇਮ ਹੀ ਬਣ ਗਿਆ ਆ ਦੇਖੋ ਇੱਕ ਆ 12 ਵਜੇ ਤੇ ਇੱਕ ਕਹਾ 1 ਵਜੇ ਐਟ 12 ਨੂਨ ਐਂਡ ਐਟ 1 ਪੀ ਐਮ ਠੀਕ ਹੋ ਗਿਆ ਬੱਚੇ ਐਸ ਤੱਕ ਤੁਹਾਨੂੰ ਕੁਐਸਚਨ ਕਲੀਅਰ ਹੋ ਗਿਆ ਹੋਗਾ ਠੀਕ ਹੈ ਸਾਰੇ ਕੁਐਸਚਨਾਂ ਦੇ ਆਨਸਰ ਹੋ ਗਏ ਨੈਕਸਟ ਦੇ ਆਜੋ ਫਟਾਫਟ ਤੋਂ ਕੁਐਸਚਨ ਨੰਬਰ ਅਗਲੇ ਦੇ ਉੱਤੇ ਦੇਖੋ ਲਓ ਜੀ ਮਿਟਾ ਮਿਟਾ ਤੇ ਪਾਰਟ ਆਪਣਾ ਸੀ ਵੀ ਨਹੀਂ ਪੜ ਗਿਆ ਪਾਰਟ ਡੀ ਤੇ ਆਪਾਂ ਪਹੁੰਚ ਗਏ ਆ ਰੱਡ 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 ਇਹਦਾ ਕੀ ਬਣਾ ਯੂਜ਼ਿੰਗ ਕਲਾਸ ਇੰਟਰਵਲ 10 ਤੋਂ 20 ਠੀਕ ਹੈ ਇੱਥੇ ਕਲਾਸ ਇੰਟਰਵਲ ਬਣਾਣਾ ਸੀ ਤੁਹਾਡਾ 10 ਤੋਂ 20 20 ਤੋਂ 30 ਠੀਕ ਹੈ ਜੀ ਤੇ 30 ਤੋਂ 40 40 ਤੋਂ 50 10-10 ਦੇ ਕਿਆਬਨਾ ਬਣਾਉਣਾ ਠੀਕ ਹੈ ਜੀ 50 ਤੋਂ 60 ਤੇ ਸਭ ਤੋਂ ਵੱਡਾ ਨੰਬਰ ਕਿੰਨਾ ਦਿਖ ਰਿਹਾ 110 ਦਿਖ ਰਿਹਾ ਠੀਕ ਹੈ ਜੀ 60 ਤੋਂ 70 70 ਤੋਂ 80 80 ਤੋਂ 90 ਠੀਕ ਹੈ 90 ਤੋਂ 100 100 ਤੋਂ 110 ਹੁਣ ਕਿਉਂਕਿ 110 ਅਪਰ ਲਿਮਿਟ ਤੇ ਕਾਊਂਟ ਨਹੀਂ ਹੋਣਾ 110 ਤੋਂ 120 ਵਾਲਾ ਵੀ ਮਨਣਾ ਹੀ ਪੈਣਾ ਸੀਗਾ ਠੀਕ ਹੋ ਗਿਆ ਬੱਚੇ ਹੁਣ ਤੁਸੀਂ ਇਹਦੇ ਵਿੱਚ ਕਲਾ ਕਲਾ ਬੰਦਾ ਕਲੀਅਰ ਹੀ ਉਹ ਗਿਣਨਾ ਸੀਗਾ ਕੀ ਕਿੰਨੇ ਨੇ ਸਿਰਕਨਸਟ੍ਰਕਟ ਕਰਨੀ ਸੀ ਜਿਵੇਂ 10 ਤੋਂ 20 ਦੇ ਵਿੱਚ ਕਿੰਨੇ ਐਲੀਮੈਂਟ ਆ ਰਹੇ ਆ ਬਈ ਮੈਂ ਕਹਿੰਦਾ 10 ਤੋਂ 20 ਤੋਂ ਕੋਈ ਕੰਮ ਨਹੀਂ ਸਟਾਰਟ ਹੈਗਾ ਨਾ ਇਹਨਾਂ ਦੇ ਤਾਂ ਬਸ 10 ਤੋਂ 20 ਆਪਾਂ ਨੂੰ ਕਨਫਿਊਜ਼ ਕਰਨੀ ਹੈ ਹੈਗਾ 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 10 ਤੋਂ 20 ਦੇ ਵਿੱਚ ਕਿੰਨਾ ਹੈਗਾ 14 ਹੈਗਾ ਨਹੀਂ ਆ ਨਹੀਂ ਸੀਗਾ ਸੌਰੀ 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 ਠੀਕ ਆ 14 ਇੱਕ ਮਿਲ ਗਿਆ ਇੱਕ ਮਿਲ ਗਿਆ ਹੋਰ 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 ਆ ਦੂਜਾ ਮਿਲ ਗਿਆ 15 ਦਾ 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 ਅਤੀਜ ਮਿਲ ਗਿਆ 14 ਦਾ 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 ਤਿੰਨ ਠੀਕ ਆ ਤੁਸੀਂ ਆ ਗਿਣ ਲੇ ਹੋਣਗੇ ਫ੍ਰੀਕਵੈਂਸੀਆਂ ਫ੍ਰੀਕਵੈਂਸੀਆਂ ਦਾ ਸਾਰੇ ਟੋਟਲ ਕਰਕੇ ਤੁਸੀਂ ਆਨਸਰ ਚੈੱਕ ਕਰ ਲਿਆ ਹੋਗਾ 3 ਆ ਰਿਹਾ ਹੋਗਾ ਬਸ ਆ ਚੀਜ਼ ਦਾ ਮਾਰ ਧਿਆਨ ਰੱਖੋ ਕਿ 110 ਤੋਂ 120 ਤੁਸੀਂ ਬਣਾਇਆ ਕਿ ਨਹੀਂ ਬਣਾਇਆ ਠੀਕ ਹੈ ਇੱਥੇ ਪਹਿਲੀ ਤਿੰਨ ਆਇ ਨਹੀਂ ਸੀ ਉਸ ਤੋਂ ਬਾਅਦ ਸਾਰੀ ਫ੍ਰੀਕਵੈਂਸੀ ਬਣਨੀ ਸੀ ਇੱਥੇ ਟੈਲੀ ਮਾਰਕ ਬਣਨੇ ਸੀ ਢੰ 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 ਹੁਣ ਮੈਂ ਗ੍ਰੇਨ ਨਹੀਂ ਲੱਗਿਆ ਠੀਕ ਹੈ ਜੀ ਤੁਸੀਂ ਆਪਣੇ ਹਿਸਾਬ ਨਾਲ ਕਰ ਲਿਓ ਅਗਲਾ ਸੀਗਾ ਦਾ ਨੰਬਰ ਆਫ ਸਟੂਡੈਂਟ ਇਨ ਹੋਸਟਲ ਸਪੀਕਿੰਗ ਡਿਫਰੈਂਟ ਲੈਂਗੁਏਜ ਰਿਪਰੈਜ਼ੈਂ ਆ ਪਾਈ ਚਾੜਲੀ ਬੱਚੇ ਸਭ ਤੋਂ ਪਹਿਲਾਂ ਆਪਾਂ ਨੂੰ ਕੀ ਬਣਾਉਣਾ ਪੈਣਾ ਸੀਗਾ ਸੈਂਟਰਲ ਐਂਗਲ ਚਾਹੀਦੇ ਸੀ ਕਿੱਲੇ ਕਿੱਲੇ ਚੀਜ਼ ਦੇ ਹਨਾ ਸੈਂਟਰਲ ਐਂਗਲ ਆਪਣੇ ਕਿਵੇਂ ਬਣਦੇ ਆ ਆਪਾਂ ਹੁਣ ਇੱਥੇ ਤੁਹਾਨੂੰ ਦਿਖਾ ਕੇ ਦਿਨਾਂ ਹਾਂ ਤੁਹਾਨੂੰ ਪਤਾ ਲੱਗ ਜਾਊਗਾ ਤੁਹਾਡੇ ਸੈਂਟਰਲ ਐਂਗਲ ਠੀਕ ਆ ਰਹੇ ਸੀ ਸੈਂਟਰਲ ਐਂਡ ਠੀਕ ਆ ਰਿਹਾ ਤਾਂ ਮਾੜਾ ਤੁਹਾਡਾ ਗ੍ਰਾਫ ਵੀ ਠੀਕ ਆ ਰਿਹਾ ਤਾਂ ਇੱਥੇ ਆ ਗਿਆ ਹਿੰਦੀ ਆ ਗਿਆ ਇੱਥੇ ਪੰਜਾਬੀ ਆ ਗਿਆ ਇੱਥੇ ਤੁਹਾਡਾ ਅੰਗਰੇਜ਼ੀ ਲਿਖ ਲਿਆ ਅਗਲਾ ਕਿਹੜਾ ਮਰਾਠੀ ਲਿਖ ਲਿਆ ਅਗਲਾ ਤਾਮਿਲ ਲਿਖ ਲਿਆ ਅਗਲਾ ਕਿਹੜਾ ਲਿਖ ਲਿਆ ਬੰਗਾਲੀ ਲਿਖ ਲਿਆ ਫਿਰ ਟੋਟਲ ਲਿਖ ਲਿਆ 7 ਤੇ 4 ਟੋਟਲ ਸੀਗੇ 72 ਤਾਂ ਬੱਚੇ ਸੈਂਟਰਲ ਐਂਗਲ ਦਾ ਫਾਰਮਾ ਕੀ ਹੁੰਦਾ 10 ਯਾਨੀ ਜਿਹੜੀ ਹਿੰਦੀ ਵਾਲੀ ਆ ਅਪੌਨ ਟੋਟਲ ਜਿੰਨੇ ਵੀ ਹੈਗੇ ਨੇ ਮਲਟੀਪਲਾਈ ਕਰਨਾ 360 ਨਾਲ ਠੀਕ ਆ 36 ਦੇ ਟੇਬਲ ਤੇ 2 ਤੇ 36 ਦੇ ਟੇਬਲ ਤੇ 10 ਤੇ ਤੇ 2 ਦੇ ਟੇਬਲ ਤੇ 5 ਤੇ ਤੇ ਕਿੰਨਾਣਾ ਸੀ ਪਹਿਲਾਂ 50 ਡਿਗਰੀ ਆਣਾ ਸੀਗਾ ਹੁਣ ਇੱਥੇ ਕਿੰਨਾ ਲਿਖਿਆ ਸੀ 30 ਅਪੌਨ 30 ਅਪੌਨ 72 ਇੰਟੂ 360 ਇਹ ਕੱਟਦਾ ਫੇਰ ਪਾਉਂ ਤੇ ਇੱਥੇ 150 ਆਣਾ ਸੀ ਐਂਗਲ ਠੀਕ ਆ ਜੀ ਹੁਣ 12 ਵਾਲਾ ਨੂੰ ਕਰਦੇ ਤੇ 12 ਪੰਜ 60 ਹੋ ਜਾਣਾ ਸੀਗਾ ਤੇ ਮੈਂ ਸਾਰੇ 17 ਐਂਗਲ ਲਿਖ ਰਿਹਾ ਤੇ 9 5 ਤੁਹਾਡਾ 45 ਬਣਨਾ ਸੀਗਾ ਤੇ 7 5 ਤੁਹਾਡਾ 35 ਬਣਨਾ ਸੀਗਾ ਤੇ 4 5 ਤੁਹਾਡਾ 20 ਬਣਨਾ ਸੀਗਾ ਤੇ ਟੋਟਲ ਕਰ ਲੈਂਦੇ ਤਾਂ ਉਹ ਤਾਂ ਬਾਣੀ ਜਾਣਾ ਸੀ ਇਹਦਾ ਪਲੱਸ ਕਰਕੇ 360 ਡਿਗਰੀ ਉਸ ਤੋਂ ਬਾਅਦ ਇਹਦੇ ਬਾਅਦ ਸੈਕਟਰ ਸੈਕਟਰ ਬਣਾਉਣੇ ਸੀਗੇ ਮੈਂ ਕੀ ਕਰ ਲਿਆ ਹਾਂਜੀ ਇਸ ਤੋਂ ਬਾਅਦ ਕੀ ਕਰਨੇ ਸੀ ਤੇ ਸੈਕਟਰ ਬਣਾਉਣੇ ਸੀਗੇ ਸੈਕਟਰ ਕਿਵੇਂ ਬਣਾਉਣਾ ਸੀਗਾ ਸੈਕਟਰ ਮਤਲਬ ਇਰਾਦ ਪਾਈ ਚਾਰਟ ਬਣਾ ਲੈਣਾ ਸੀਗਾ ਐਂ ਕਰ ਲਿਆ ਪਹਿਲਾਂ ਇੱਥੇ ਡੀ ਤੇ ਰੇਡੀਅਸ ਲਾ ਲਿਆ ਪਹਿਲਾਂ ਐਂਗਲ ਕਿੰਨਾ 50 ਦਾ ਡੀ ਨਾਲ 50 ਲੱਗ ਗਿਆ ਉਸ ਤੋਂ ਬਾਅਦ ਇੱਥੇ ਕਿਸੇ 150 ਲੱਗ ਗਿਆ 150 ਤੋਂ ਬਾਅਦ ਤੁਸੀਂ 60 ਡਿਗਰੀ ਲਾ ਲਿਆ ਫਿਰ 45 ਲਾ ਲਿਆ 35 ਲਾ ਲਿਆ ਫਿਰ ਜਿਹੜਾ ਬਚ ਗਿਆ ਉਹ ਵੀ ਆਪਣੇ ਆਪ ਫੈਪ ਗਈ ਆ ਇਹ ਥੋੜਾ ਬਣ ਗਿਆ ਹੋਊਗਾ ਕੁਐਸਚਨ ਇਹਨਾ ਕਲੀਅਰ ਹੋ ਗਿਆ ਹੋਊਗਾ ਤੁਹਾਨੂੰ ਇਹ ਕੁਐਸਚਨ ਨੈਕਸਟ ਦੇਖੋ ਉਹ ਨੈਕਸਟ ਕੁਐਸਚਨ ਲਿਖਿਆ ਆਇਆ ਅ ਇਹ ਨੂੰ ਰੇਸ ਕਰ ਦੇ ਰਹੇ ਹਾਂ ਤੁਸੀਂ ਨੋਟ ਕਰ ਲਿਆ ਹੋਊਗਾ ਹਲੇ-ਕਲੇ-ਕਲੇ ਚੀਜ਼ ਨੂੰ ਨੈਕਸਟ ਲਿਖਿਆ ਆਇਆ ਦਾ ਪੋਪੂਲੇਸ਼ਨ 15000 ਦਿੱਤੀ ਹੋਈ ਹੈ ਸੌਰੀ 15000 ਪਪੂਲੇਸ਼ਨ ਦਿੱਤੀ ਹੋਈ ਹੈ ਇਟ ਇਨਕਰੀਜ਼ ਐਟ ਦਾ ਰੇਟ ਆਫ 4% ਪਰ ਐਨਮ ਹਰ ਸਾਲ ਕਿੰਨੇ ਪਰਸੈਂਟ ਵੱਧਦੀ ਹੈ 4% ਤੋਂ ਉਹ ਵੱਧਦੀ ਜਾਂਦੀ ਹੈ ਹਰ ਸਾਲ ਹੀ 4% ਵੱਧ ਜਾਂਦੀ ਹੈ ਠੀਕ ਹੈ ਜੀ ਉਸ ਤੋਂ ਕਹਿੰਦਾ ਵਟ ਇੱਕ ਮਿੰਟ ਬੱਚੇ ਵਨ 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 ਆ ਲੈ ਲੈਣੇ ਚਲੋ ਰੰਗ ਰੰਗਾ ਹੋ ਜੂਗਾ ਕਹਿੰਦਾ ਵਟ ਆ ਦਾ ਪਪੂਲੇਸ਼ਨ ਆਫਟਰ 2 ਇਅਰ ਤਾਂ ਬੱਚੇ ਫਾਰਮੂਲਾ ਉਹੀ ਲੋਣਾ ਸੀਗਾ ਅਮਾਉਂਟ ਆਫਟਰ 2 ਇਅਰ ਅਮਾਉਂਟ ਆਫਟਰ 2 ਇਅਰ ਦਾ ਫਾਰਮੂਲਾ ਕਿੰਨਾ 1+r/100 ਦੀ ਪਾਵਰ ਕਿੰਨੀ t ਤਾ ਪਹਿਲਾ ਪਪੂਲੇਸ਼ਨ ਕਿੰਨੀ ਸੀਗੀ 15000 ਠੀਕ ਹੈ ਜੀ 1 ਪਲੱਸ ਰੇਟ ਕਿੰਨਾ ਸੀਗਾ ਕਿੰਨੇ ਪਰਸੈਂਟ ਦਾ ਵਧ ਰਿਹਾ 4% ਨਾਲ 4/100 ਤੇ ਟਾਈਮ ਕਿੰਨਾ ਬਾਦਣਾ ਉੱਪਰ 2 ਸਾਲ ਤਾਂ 2 ਇੰਦਰ ਤੁਸੀਂ ਕੈਲਕੂਲੇਟ ਕੀਤਾ ਹੋਊਗਾ ਇੱਥੋਂ ਆਊਗਾ 15000 ਪਲੱਸ ਇੱਥੇ ਕਟਿੰਗ ਕਰ ਲਈ ਹੋਣੀ 1/25 ਇਹਨਾ 4 ਦੇ ਡਿਵੀਜ਼ਨ ਦੇ 25 ਪਲੱਸ 1/25 ਦਾ ਸਕੁਅਰ ਇੱਥੋਂ ਤੁਸੀਂ ਕਰ ਲਿਆ ਹੋਣਾ 15000 26/25 ਇਨ 26/25 ਠੀਕ ਹੈ ਜੀ ਇੱਥੇ ਤੁਸੀਂ ਕੈਲਕੂਲੇਸ਼ਨ ਕਰੋਗੀ 25 ਦਾ ਟੇਬਲ ਤੁਸੀਂ ਵੱਡੋਂਗੇ ਇਹਨੂੰ 25 ਦੇ ਟੇਬਲ ਤੇ ਆ ਗਿਆ ਜਾਂ 600 ਤੇ ਠੀਕ ਹੈ ਉਸ ਤੋਂ ਬਾਅਦ 25 ਦੇ ਟੇਬਲ ਤੇ ਫਿਰ ਇਹਨੂੰ ਵੱਡੋਂਗੇ 25 ਦੇ ਟੇਬਲ ਤੇ ਬੱਝੋਗੇ 50 ਆ ਗਿਆ ਕਿੰਨੇ ਤੇ 2 ਤੇ ਤੇ 4 24 ਤੇ ਠੀਕ ਹੈ ਜੀ ਤੇ 26 24 26 25 ਦਾ ਸਕਰ 1 624 ਹੁੰਦਾ ਠੀਕ ਹੈ ਜੀ 624 26 ਹੁਣ 624 ਨੂੰ 26 ਨਾਲ ਮਲਟੀਪਲਾਈ ਕਰਨਾ ਹੈ ਬੱਚੇ ਇਹ ਹੁਣੇ ਤੁਸੀਂ ਕਰ ਲਈ ਲਓ ਅੱਛੀ ਕਰ ਦਿੰਦੇ ਆ 624 20 6 6 ਚੋਕਾ 24 ਦੋ ਕੈਰੀ 6 2 12 12 ਤੇ 6636 ਤੇ 137 ਠੀਕ ਹੈ ਜੀ ਉਸ ਤੋਂ ਬਾਅਦ ਦੋਨਾ ਕਰੋਗੇ ਕਿੰਨਾ ਆਜੂਗਾ 8 ਆਜੂਗਾ ਦੋਨਾ ਕਰੋਗੇ ਬਚੇ 4 ਆਜੂਗਾ ਤੇ 6 ਨੂੰ ਕਿੰਨਾ ਆਜੂਗੀ 12 ਆਜੂਗੀ ਇੱਥੇ 4 8 4 12 ਇੱਕ ਕੈਰੀ 8 4 12 ਇੱਕ ਕੈਰੀ 10 ਕਿ 4 2 6 1 ਤਾਂ ਕਿੰਨਾ ਆਜੂਗਾ 16224 ਤਾਂ 2 ਸਾਲ ਬਾਅਦ ਜਿਹੜੀ ਪਪੂਲੇਸ਼ਨ ਵੱਧ ਕੇ ਹੋ ਜਾਣੀ ਆ ਹੋਣੀ ਹੈ 16224 क्लियर हो गया अगला एमपी पी है देखो मार्क प्राइस किता है उन्नी सौ भी सोलड दिस डिस्काउंट बच्चे आह देखो सेम टू सेम क्वेश्चन जोड़ा अपना कल कल ही मैं कल जो फोर नंबर वीडियो से कराया है ना एम पी दिता आह एस पी द डिस्काउंट किमें कौन फॉर्मला एम पी माइनस एस पीता एम पी किन्ना उन्नीस सौ भी माइनस एस पी कि अठारह सौ चाली माइनस करोगे जीरो न जीरो गई एक सौ बारह आजाते बारह चुके कि आ गया अठ अ रुपये का की है डिस्काउंट है अस्सी रुपये का डिस्काउंट है परसेंट कटन का फॉर्मुला डिस्काउंट अपॉन एम पी इन टू हंड्रड ਡਿਸਕਾਊਂਟ ਕਿੰਨਾ 80 ਤੇ ਮਾਰਕ ਪ੍ਰਾਈਸ ਕਿੰਨਾ ਸੀਗਾ 1920 ਸੀਗਾ ਠੀਕ ਹੈ ਜੀ 1920 ਮਲਟੀਪਲਾਈ ਬਾਈ ਕਿੰਨਾ 100 ਆ ਗਿਆ ਤੇ ਇੱਥੇ ਜ਼ੀਰੋ ਨਾਲ ਜ਼ੀਰੋ ਵੱਢੀ ਗਈ 8 ਦੇ ਟੇਬਲ ਤੇ ਨੂੰ ਵੱਡੂਗੇ 8 ਦੇ ਟੇਬਲ ਤੇ 16 ਆ ਗਿਆ 2 ਤੇ ਤੇ ਭਲੇ 80 2 ਇੱਧਰ ਆ ਗਿਆ 3 ਬਚ ਗਿਆ 32 4 ਦੇ ਟੇਬਲ ਤੇ 32 ਆ ਗਿਆ 4 ਤੇ ਹੁਣ ਕਟਿੰਗ ਕਰ ਰਹੇ ਹਾਂ 4 ਦੇ ਟੇਬਲ ਤੇ ਆ ਗਿਆ 6 ਤੇ 4 ਦੇ ਟੇਬਲ ਤੇ ਆ ਗਿਆ 25 ਤੇ ਹੁਣ 25 ਨੂੰ 6 ਨਾਲ ਡਿਵਾਈਡ ਕਰਾਂਗੇ ਤਾਂ 3 ੜੀ ਥੋੜੀ ਹੋਰ ਆਊਗੀ ਫ੍ਰੈਕਸ਼ਨ ਆ ਜੂਗੀ 4 4 4 4 4 1/6% ਹੈਨਾ ਇਹਦੇ ਨਾਲ ਦਾ ਆਪਾਂ ਕੁਸ਼ਨ ਤੁਹ ਕਿਤਾਸੀਓ ਦੇ ਵਿੱਚ 4 1/6% ਦਾ ਕੀ ਮਨ ਜੂਗਾ ਕਰੈਕਟ অপਸ਼ਨ ਮਨੂਗਾ ਡਿਸਕਾਊਂਟ ਪਰਸੈਂਟ ਨਹੀਂ ਸੀਗੀ ਡਿਸਕਾਊਂਟ ਸੀਗਾ 80 ਰੁਪਏ ਠੀਕ ਹੈ ਜੀ ਇਹ ਵੀ ਹੋ ਗਿਆ ਅਗਲਾ ਆਜੋ ਦੇਖੋ ਮੈਂ ਇਸ ਵੀਡੀਓ ਨੂੰ ਕਿਸੇ ਵੀ ਪਾਉਜ਼ ਨਹੀਂ ਕੀਤਾ ਹੋਇਆ ਕੰਟੀਨਿਊਸ ਬਸ ਕਰ ਰਹੀ ਨੇ ਆ ਦੇਖੋ ਮੈਂ ਅਗਰ ਨਹੀਂ ਜਲਦੀ ਕਰ ਸਕਦਾ ਉਹ ਵੀ ਔਰ 파ਰਟ ਨਾਲ ਨਵੇੜ ਕੇ ਤੁਸੀਂ ਵੀ ਪੇਪਰ ਵਧੀਆ ਕੀਤਾ ਹੀ ਹੋਣਾ ਤੁਹਾਡੇ ਜਲਦੀ ਨਿਬੜ ਕੇ ਆਉਣਾ ਉਸ ਵਾਰ ਪੁੱਛ ਰਿਆ ਸੀਗਾ ਇੱਕ ਸਕੁਅਰ ਪਲਾਟ ਹੈ ਵਿੱਚ ਉਹਨੇ ਹਾਊਸ ਬਣਾ ਲਿਆ ਇਹਨੇ ਇਹਨੇ ਇਹਨਾ ਤੇ ਰੇਟ ਦੱਸਣਾ ਕਿੰਨਾ ਰੇਟ ਲੱਗਿਆ ਤਾਂ ਬੱਚੇ ਤਾਂ ਪਹਿਲਾਂ ਆਪਾਂ ਏਰੀਆ ਨੂੰ ਗਰਾਉਂਡ ਕਰਨਾ ਹੀ ਤਾਂ ਏਰੀਆ ਆਫ ਗਾਰਡਨ ਗਾੜ ਦਾ ਏਰੀਆ ਕਿ ਹੋ ਜੂਗਾ ਸਕੁਅਰ ਦਾ ਏਰੀਆ ਕਿੰਨਾ 25 ਦਾ ਸਕੁਅਰ ਯਾਨੀ 25 ਦਾ ਸਕੁਅਰ ਦੇ ਵਿੱਚੋਂ 15 20 ਨੂੰ ਕੀ ਕਰ ਦੇਣਾ ਸੀ 25 ਦਾ ਸਕੁਅਰ ਕਿੰਨਾ 625 ਕਿੰਨਾ ਆ ਗਿਆ 300 ਕਿੰਨਾ ਆ ਜੂਗਾ 325 ਆ ਜੂਗਾ ਠੀਕ ਹੈ ਬੱਚੇ ਤੇ ਮੋਬਾਈਲ ਦੇ ਮੈਂ ਟੈਂਸ ਬੱਚੀ ਆ ਗਿਆ ਹੁਣ ਉਹਨੇ ਕਿਹਾ ਸੀ ਕਾਸਟ ਕੱਢਣੀ ਹੈ ਤਾਂ ਕਾਸਟ ਲਈ ਕੀ ਕਰਾਂਗੇ 325 ਜਿਹੜਾ ਸਾਡਾ ਏਰੀਆ ਆਇਆ ਸੈਂਟੀਮੀਟਰ ਸਕੁਅਰ ਤੁਸੀਂ ਲਾ ਲਿਆ ਹੋਣਾ ਐਨ ਤੁਸੀਂ ਮਲਟੀਪਲਾਈ ਕਰਨਾ ਸੀ ਕਿਹਦੇ ਨਾਲ 60 ਨਾਲ ਠੀਕ ਹੈ ਬੱਚੇ ਹੁਣ ਜਦੋਂ ਤੁਸੀਂ ਇਹਨੂੰ ਮਲਟੀਪਲਾਈ ਕਰੋਗੇ 325 ਨੂੰ 60 ਨਾਲ ਤੁਹਾਡਾ ਆ ਜਾਊਗਾ ਅ ਜ਼ੀਰੋ ਨਾਲ ਕੱਟੇ ਜਾਣੀਆਂ ਇੱਕ ਸੈਕਿੰਡ ਬੱਚੇ 325 60 ਆ ਜਾਊਗਾ ਤੁਹਾਡਾ 19500 ਠੀਕ ਹੈ ਜੀ 325 ਬੱਚੇ 60 ਨਾਲ ਮਲਟੀਪਲਾਈ ਕੀਤਾ ਤਾਂ ਕਿੰਨਾ ਆ ਗਿਆ 19500 ਰੁਪਈਆ ਯਾਨੀ 19500 ਰੁਪਿਆ ਖਰਚ ਆਇਆ ਲਾਸਟ ਕੁਸ਼ਚਨ ਬਚਿਆ ক্লোਜ਼ ਸਿਲੰਡਰਿਕਲ ਜਿਹੜੀ ਕੱਲ ਵੀਡੀਓ ਪਾਈ ਸੀ 6 ਨੰਬਰ ਵਾਲੇ ਦੇ ਉਹਦੇ ਵਿੱਚ ਆਹ ਕੁਸ਼ਚਨ ਮੈਂ ਡਿਸਕਸ ਕਰਿਆ ਸੀਗਾ ਠੀਕ ਹੈ ਜੀ ਆਹ ক্লোਜ਼ ਸਿਲੰਡਰਿਕਲ ਟੈਂਕ ক্লোਜ਼ਡ ਹੈ ক্লোਜ਼ ਯਾਨੀ ਬੰਦ ਹੈ ਮੈਂ ਫਿਰ ਇਦਾਂ ਦਾ ਕਰਕੇ ਮੈਨੂੰ ਅੱਜ ਵੀ ਯਾਦ ਹੈ ਮੈਂ ਇਦਾਂ ਦਾ ਕਰਕੇ ਡਿਜ਼ਾਈਨ ਪਾਇਆ ਸੀਗਾ ਟੈਂਕ ਰੇਡੀਅਸ ਦਿੱਤਾ ਹੈ 7 ਫਿਰ r ਲਿਖਿਆ ਸੀ 7 ਹਾਈ ਦਿੱਤੀ ਹੋਈ ਜਿੰਨੀ 3 ਇਸ ਮੇਡ ਆਫ ਸ਼ੀਟ ਆਫ ਮੈਟਲ ਵਟ ਇਜ਼ ਦਾ ਕੋਸਟ ਆਫ ਟੈਂਕ ਟੈਂਕਰ ਨਹੀਂ ਸੀ ਕਿ ਮੈਨੂੰ ਇਹਦਾ ਆਨਸਰ ਵੀ ਸ਼ਾਇਦ ਆ ਰਿਹਾ 800 ਹੋ ਸੀਗਾ ਸ਼ਾਇਦ ਬਾਕੀ ਕਨਫਰਮ ਨਹੀਂ ਹੈ ਇੱਕ ਵਾਰ ਚੈੱਕ ਕਰ ਲੈਣਾ 2πr ਬਰੈਕਟ ਦੇ ਵਿੱਚ ਕੀ ਸੀਗਾ h+r ਤਾਂ 2 π ਦੀ ਵੈਲਿਊ 바이 ਸੀ 22.7 ਇੱਥੇ ਇਸ ਕਿੰਨਾ ਆ ਗਈ ਸੀ 7 ਤੇ h ਕਿ ਨਹੀਂ ਆ ਗਈ ਸੀ 7 ਤੇ r ਕਿ ਨਹੀਂ ਆ ਗਈ ਸੀ 3 ਇੱਥੋਂ ਇੱਥੇ ਪਹਿਲਾਂ ਉਹ ਵੱਡਤਾ ਸੀਗਾ ਕਿੰਨਾ ਆ ਗਿਆ ਸੀ 44 ਇੱਥੋਂ ਆ ਗਿਆ ਸੀ 10 ਤੇ ਮਲਟੀਪਲਾਈ ਕੀਤਾ ਸੀ ਆਇਆ ਸੀ ਸਾਡਾ 440 ਮੀਟਰ ਦੇ ਉੱਤੇ ਸਕੁਅਰ ਕੱਢਣੀ ਸੀਗੀ ਕਾਸਟ ਤਾਂ ਚਾਰਜ ਸੀ ਉਹ 40 ਨੂੰ ਮਲਟੀਪਲਾਈ ਕੀਤਾ ਸੀਗਾ ਆਪਾਂ 20 ਨਾਲ ਹਾਂਜੀ ਬਿਲਕੁਲ ਸਹੀ ਯਾਦ ਆ ਮੈਨੂੰ 8800 ਸਾਡਾ ਆਨਸਰ ਆਇਆ ਸੀ ਤੇ ਅੱ체 ਵਿੱਚ ਸਾਡੇ ਸਾਰੇ ਕੁਐਸਚਨ ਡਿਸਕਸ ਹੋ ਚੁੱਕੇ ਨੇ ਤੇ ਹੋਪ ਤੁਹਾਡੇ ਸਾਰੇ ਦੇ ਪੇਪਰ ਬਹੁਤ ਵਧੀਆ ਹੋਇਆ ਹੋਊਗਾ ਸਿਰ ਤੇ ਤੁਸੀਂ ਲਾਤਾ ਹੋਣਾ ਠੀਕ ਆ ਜੀ ਹੁਣ ਨੈਕਸਟ ਵੀਡੀਓ ਬਹੁਤ ਜਲਦੀ ਤੁਹਾਡੇ ਕੋਲ ਆਂਦੀ ਰਹੂਗੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਦੇ ਹੋ ਕੱਲੀ ਆ ਵੀਡੀਓ ਨੂੰ ਉੱਤੇ ਲਾਈਕ ਕਰ ਦੋ ਕੱਲਾ ਕੱਲਾ ਸਭ ਤੋਂ ਪਹਿਲਾਂ ਆਪਾਂ ਤੁਹਾਡੀ ਲਈ ਲੈ ਕੇ ਆਇਆ ਪੂਰਾ ਸੋਲੂਸ਼ਨ ਪੂਰਾ ਸੋਲੂਸ਼ਨ ਤੁਹਾਡੇ ਲਈ ਸੋਲਵ ਕੀਤਾ ਤਾਂ ਵੀਡੀਓ ਨੂੰ ਜੇ ਐਂਡ ਤੱਕ ਬਣਿਆ ਹੋਇਆ ਲਾਈਕ ਜਰੂਰ ਕਰਕੇ ਜਾਇਓ ਤੇ ਮੇਰੇ ਚੈਨਲ ਨੂੰ ਜਿਹੜੇ ਆ ਕੇ ਬਸ ਦੇਖ ਕੇ ਹੀ ਚਲੇ ਜਾਂਦੇ ਨੇ ਬਸ ਮਤਲਬ ਸਬਸਕ੍ਰਾਈਬ ਵਾਲਾ ਬਟਨ ਦਬਣ ਦੀ ਮਤਲਬ ਖੇਚਲ ਨਹੀਂ ਕਰ ਪਾਉਂਦੇ ਮਾੜਾ ਉਹਨੂੰ ਦਬਾ ਲਿਆ ਕਰੋ ਤੁਹਾਡੇ ਭਲੇ ਆਸਤੇ ਬਹੁਤ ਵਧੀਆ ਤੋਂ ਵਧੀਆ ਸਟੱਫ ਦਿੱਤਾ ਜਾਊਗਾ ਐਂਡ ਸਿਰਾਂ ਲਾਇਆ ਜਾਊਗਾ ਐਂਡ ਕਰਾਇਆ ਜਾਊਗਾ ਚੈਨਲ ਦੇ ਉੱਤੇ ਠੀਕ ਹੈ ਬੱਚੇ ਤਾਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ ਬਾਈ ਸਾਰਿਆਂ ਨੇ ਓਕੇ